ਏ ਆਕਾਸ਼ਵਾਨੀ ਜੰਮੂ ਹੈ ਸਾਇਆ ਖਬਰ ਜਤੁੰ ਦਾ ਸਵਾਗਤ ਪਹਿਲੇ ਮੁੱਖ ਮੁੱਖ ਖਬਰਾਂ ਕਰਨ ਮੈਂ ਪੁਨਮ ਡੋਗਰਾ ਰਾਸ਼ਟਰਪਤੀ ਦ੍ਰੋਪਦੀ ਮੋਰਮੋਰ ਨੇ ਕਿਹਾ ਹੈ ਜਿਸman ਚ ਇਮਾਨਦਾਰੀ ਤੇ ਸਤਿਪਾਪ ਕੀ ਬੜਾਵਾ ਦੇਣ ਲਈ ਸਾਨ ਸ਼ਕਤੀ ਇੱਕ ਦੂਜੇ ਦੇ ਪ੍ਰਤੀ ਸਨਮਾਨ ਤੇ ਸਤਿਪਾਪ ਦੀ ਸਮਝਣੇ ਤੇ ਮਤਵ ਦੇਣੇ ਦੀ ਲੋੜ ਹੈ ਉਪਰਾਸ਼ਟਰਪਤੀ ਜਗਦੀਪ ਦਣਖੜੋ ਨੇ ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਜੇ ਗਿਆਨ ਤੇ ਸਿੱਖਿਆ ਅਤਲਾਜ਼ਮੀ ਸਮਾਜੀ ਬਦਲਾਵ ਆਨਣੇ ਆਸਤੇ ਅਸਰਦਾਰ ਵਿਵਸਥਾ ਹੈ ਕੇਂਦਰੀ ਮੰਤਰੀ ਡਾਕਟਰ ਜਿਤਿੰਦਰ ਸਿੰਘ ਹੋਰੇ ਗਲਾਇਆ ਜੇ ਕੇਂਦਰ ਸਰਕਾਰੇ ਸਾਫ ਸਫਾਈ ਸਰਬੰਧੀ ਖਾਸ ਅਭਿਆਨ ਦੇ ਤਰੀਏ ਚਰਨ ਦੇ ਤਹਿਤ ਉਨੇ ਤੱਕ ਕੂੜੇ ਕਚਰੇ ਦੀ ਖਪਾਣੇ ਵਾਲੀ ਪਹਿਲ ਕਦਮੀ ਰਾਏ 176 ਕਰੋੜ ਰੁਪਏ ਸ਼ਾਮਤੇ ਦੀ ਰਕਮ ਕਿੱਠੀ ਕੀਤੀ ਹੈ ਤੇ ਕਿਸ਼ਤਵਾੜ ਜ਼ਿਲ੍ਹਾ ਪੁਲਿਸ ਨੇ ਅੱਜ ਸ਼ਹੀਦ ਦੇ ਪ੍ਰਤੀ ਸਨਮਾਨ ਤੇ ਲੋਕਾਂ ਚ ਦੇਸ਼ ਭਗਤੀ ਦੀ ਭਾਵਨਾ ਵਧਾਣੇ ਲਈ ਏਕਤਾ ਦੌੜ ਦਾ ਆਯੋਜਨ ਕੀਤਾ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਖਿਆ ਜੀ ਸਮਾਜ ਚ ਰਮਾਨਦਾਰੀ ਤੇ ਸਦਭਾਵ ਵੀ ਬੜਾਵਾ ਦੇਣ ਲਈ ਸੈਨ ਸ਼ਕਤੀ ਇੱਕ ਦੂਏ ਦੇ ਪ੍ਰਤੀ ਸਨਮਾਨ ਤੇ ਸਦਭਾਵ ਦੀ ਸਮਝਣੇ ਤੇ ਮਤਵ ਦੇਣ ਦੀ ਲੋੜ ਹੈ ਰਾਸ਼ਟਰਪਤੀ ਭਵਨ ਚ ਅੱਜ ਇੱਕ ਅੰਤਰ ਧਰਮ ਬੈਠਕ ਦੀ ਸੰਬੋਧਿਤ ਕਰਦੀ ਹੋਈ ਦ੍ਰੋਪਦੀ ਮੁਰਮੂ ਨੇ ਆਖਿਆ ਜੀ ਧਰਮ ਲੋਕਾਂ ਦੇ ਜੀਨਾਂ ਚ ਮਤਪੂਰਨ ਥਾਰ ਰੱਖਦਾ ਹੈ ਤੇ ਧਾਰਮਿਕ ਵਿਸ਼ਵਾਸ ਤੇ ਪਰੰਪਰਾ ਲੋਕਾਂ ਦੀ ਮਾੜੇ ਹਾਲਾਤ ਚ ਰਾਤ ਮੇਦ ਤੇ ਸ਼ਕਤੀ ਦਿੰਦੀਆਂ ਨੇ ਉਨੇ ਆਖਿਆ ਜੇ ਪ੍ਰਾਰਥਨਾ ਤੇ ਧਿਆਨ ਦੀ ਮਦਦ ਕਰਨ ਮਨੁੱਖ ਕੀ ਅੰਦਰੂਨੀ ਸ਼ਾਂਤੀ ਤੇ ਭਾਵਨਾਤਮਕ ਸਥਿਰਤਾ ਆਸਲ ਹੁੰਦੀ ਹੈ। ਉਹਨੇ ਇਹ ਵੀ ਆਖਿਆ ਜੇ ਬੁਨਿਆਦੀ ਆਧਿਆਤਮਿਕ ਕਦਰਾਂ ਜਿਨ੍ਹਾਂ ਇਮਾਨਦਾਰੀ, ਇਰਖ, ਪਵਿੱਤਰਤਾ ਤੇ ਸੱਚਾਈ ਗੈ ਲੋਕਾਂ ਦੇ ਜੀਵਨਾਂ ਕੀ ਸਾਰਥਕ ਬਣਾਉਂਦੀਆਂ ਨੇ ਤੇ ਇਹਨੇ ਕਦਰਾਂ ਦੇ ਬਿਨਾਂ ਕੀਤੇ ਗਏ ਧਾਰਮਿਕ ਕੰਮ ਵੀ ਲੋਕਾਂ ਕੀ ਲਾਅ ਅਸਲ ਨਹੀਂ ਕਰਵਾ ਸਕਦੇ। राष्ट्रपति औरियांख्या जी जिसले बक बकतर में दिल लोक किठे रलिये इर्क प्रेम करने राوندिन ता समाज ते मुल्क ताबी समाजी तानाबाना और पक्का औंदा है उनियांख्या जी ए ताकत मुल्क दी एकता कि मजबूत करतीन ते उसी तरक्की दी बत्ता पर आगे ले जंदियां राष्ट्रपति उरे इबी आंख्या जी आस 2047 तक भारत कि एक विकसित राष्ट्र बनाना चहंदे हां ते इस लक्ष्य कि हासिल करने ले हर कुसदा सहयोग अत لازمی है ਉਪਰਾਸ਼ਟਪਤੀ ਜਗਦੀਪ ਧਨਖੜੋਰੇ ਨੇ ਆਖਿਆ ਜੇ ਗਿਆਨ ਤੇ ਸਿੱਖਿਆ ਅਤਿ ਲਾਜ਼ਮੀ ਸਮਾਜੀ ਬਦਲਾਵ ਆਨਣੇ ਵਾਸਤੇ ਅਸਰਦਾਰ ਬਵਸਥਾ ਨਾ ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਕੀ ਸੰਬੋਧਿਤ ਕਰਦੀ ਹੋਈ ਉਨ੍ਹਾਂ ਆਖਿਆ ਜੇ ਪਿਛਲੇ ਕਿਸ਼ਵਰਿੰਚ ਸਿੱਖਿਆ ਕੰਨੇ ਸਰਬੰਧਤ ਗੰਭੀਰ ਜਤਨੇ ਪ੍ਰਤੀਆਂ ਕੇਂਦ੍ਰਿਤ ਕੀਤਾ ਗਿਆ ਉਨ੍ਹਾਂ ਇਹ ਵੀ ਆਖਿਆ ਜੇ ਆਈਆਈਟੀ ਅੱਜ ਮੁਲਕ ਪਰ ਅੱਜ ਬੜਾ ਮਤਾ ਪ੍ਰਤਿਸ਼ਠਿਤ ਮਾਰਕਾ ਬਣੀ ਕੇਦਾ ਸ਼੍ਰੀ ਧਨਖੜੋਰੇ ਮੇਦ부ਜੀ ਜੇ ਭਾਰਤ 2030 ਤੱਕ ਦੁਨੀਆ ਦੀ ਤਰੀਗੇ ਨੰਬਰਾਂ ਦੀ ਸਭਨੇਸ਼ਾ ਵੱਡੀ ਅਰਥਵਵਸਥਾ ਬਣੀ ਜਾਗ ਉਪ ਰਾਸ਼ਟਰਪਤੀ ਉਰੇ ਆਖਿਆ ਜੀ ਅੱਜ ਦੁਨੀਆ ਬੜੀ ਮੇਦੇ ਪਰੋਚੀ ਨਜ਼ਰیں ਕੰਨੇ ਭਾਰਤ ਵੱਕੀ ਦਿਖਿਆ ਕਰਦੀ ਹੈ। ਉਨ੍ਹਾਂ ਆਖਿਆ ਜੀ ਭਾਰਤ ਨੇ ਕਈ ਸਾਰੇ ਮਾਮਲੇ ਪਰ ਦੁਨੀਆ ਦੀ ਨਵੀਂ ਬਤ ਦੱਸੀ ਹੈ। ਉਨ੍ਹਾਂ ਇਹ ਵੀ ਆਖਿਆ ਜੀ ਨਿਆਂਇਕ ਫੈਸਲੇ ਲੈਣ ਦੀ ਪ੍ਰਕਿਰਿਆ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਲਾਹ ਉਪਲਬਧ ਕਰਵਾਉਣੇ ਚ ਵੀ IIT ਦਿੱਲੀ ਬੜੀ ਮਹੱਤਵ ਵਾਲੀ ਭੂਮਿਕਾ ਨਿਭਾਈ ਸਕਦੀ ਹੈ। ਉਪ ਰਾਸ਼ਟਰਪਤੀ ਉਰੇ ਵਿਦਿਆਰਥੀਆਂ ਕੀ ਗੁਜ਼ਾਰਿਸ਼ ਕੀਤੀ ਹੈ ਜੀ ਉਹ ਰਾਸ਼ਟਰੀ ਸਭਨੇਸ਼ਾ ਅੱਗੇ ਰੱਖਣ। সরকার ফসফেটিক ਤੇ ਪੋਟਾਸ਼ ਐਲੈਂਪਰ ਆੜੀ ਰੁੱਤ 2023-24 ਲਈ ਪੋਸ਼ਣ ਆਧਾਰਿਤ ਸਬਸਿਡੀ ਦਰਾਂ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਬਾਰੇ ਪਹਿਲੀ ਅਕਤੂਬਰ ਤੋਂ ਮੰਗਲੇ ਬਾਰੇ 31 ਮਾਰਚ ਤੱਕ ਲਾਗੂ ਹੋ ਰੰਗਨ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਸੰਬਾਤ ਦਾਤਾਇਂ ਕੀ ਜਾਣਕਾਰੀ ਦਿੱੰਦੀ ਹੋਈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਉਹ ਰਿੰਦਸਿਆ ਜੇ ਨਾਈਟ੍ਰੋਜਨ ਲਈ ਪੋਸ਼ਣ ਆਧਾਰਿਤ ਸਬਸਿਡੀ 47 ਰੁਪਏ 2 ਪੈਸੇ ਫੀ ਕਿਲੋ ਫਾਸਫੋਰਸ ਲਈ 28 ਪੈਸੇ فی ਕਿਲੋ ਤੇ ਪੋਟਾਸ਼ ਲਈ 2.38 ਪੈਸੇ فی ਕਿਲੋ ਉਹਨਿਆਖਿਆ ਜੇ ਪੋਸ਼ਣ ਅਧਾਰਿਤ ਸਬਸਿਡੀ ਪਰ 22333 ਕਰੋੜ ਰੁਪਏ ਦਾ ਖਰਚ ਆਉਣ ਦੀ ਮੀਤ ਹੈ ਇਹਦੇ ਕੰਨੇ ਖਰਸਾਨੀ ਕੀ ਕਿਫਾਇਤੀ ਤੇ ਉਚਿਤ ਕੀਮਤਾਂ ਪਰ ਐਲ ਉਪਲਬਧ ਹੋਈ ਸਕੋਗਾ ਭਾਰਤ ਨੇ ਜਾਪਾਨ ਭਾਰਤ ਸੈਮੀ ਕੰਡਕਟਰ ਆਪੂਰਤੀ ਸ਼੍ਰੰਖਲਾ 파ਗੀਦਾਰੀ ਦੇ ਬਾਰੇ ਚ ਦੋਨੋਂ ਦੇ ਮੁਲਕੇ ਮਜਟਾ ਸਹਿਯੋਗ ਸਰਬੰਧੀ ਗਿਆਨ ਕੀ ਵੀ ਮਨਜ਼ੂਰੀ ਦੇ ਦਿੱਤੀ ਹੈ ਇੱਕ ਰਾਸ਼ਟਰ ਇੱਕ ਚੋਣ ਕਮੇਟੀ ਦੀ ਦੂਈ ਬੈਠਕ ਨਵੀਂ ਦਿੱਲੀ ਚ ਜਾਰੀ ਹੈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦੂੰਦੀ ਪ੍ਰਧਾਨਤਾਲੀ 8 ਮੈਂਬਰੀ ਕਮੇਟੀ ਲੋਕ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਕਿੱਥੇ ਕਰਵਾਉਣੇ ਦੇ ਮੁੱਦੇ ਪਰ ਵਿਚਾਰ ਕਰਾ ਕਰਦੀ ਹੈ ਇਹ ਕਮੇਟੀ ਪਰ ਦੇ ਸੰਵਿਧਾਨ ਦੇ ਮੌਜੂਦਾ ਢਾਂਚੇ ਤੇ ਉਰਨੇ ਵਿਧਾਨਿਕ ਪ੍ਰਾਵਧਾਨ ਨੇ ਗਿੱਤਿਆ ਨੱਚ ਰੱਖਦੀ ਹੋਈ ਸਿਫਾਰਸ਼ਾਂ ਪੇਸ਼ ਕਰੋਗ ਇਹ ਕਮੇਟੀ ਵਿਚਾਰ ਕਰਾ ਕਰਦੀ ਹੈ ਜੇ ਕਿਆ ਸੰਵਿਧਾਨ ਚ ਸੰਸ਼ੋਧਨ ਦੀ ਰਾਜਾਂ ਪਾਸੇ ਤਸਦੀਕ ਜ਼ਰੂਰੀ ਹੈ ਪਿਛਲੇ ਮਹੀਨੇ ਆਪਣੀ ਪਹਿਲੀ ਬੈਠਕ ਚ ਕਮੇਟੀ ਨੇ ਮੰਨਤਾ ਅਸਲ ਰਾਸ਼ਟਰੀ ਸਿਆਸੀ ਪਾਰਟੀਆਂ ਰਾਜ ਵਿੱਚ ਸੱਤਾਧਾਰੀ ਰਾਜਨੀਤਿਕ ਪਾਰਟੀਆਂ ਤੇ ਮੰਨਤਾ ਅਸਲ ਇਲਾਕਾਈ ਰਾਜਨੀਤਿਕ ਦਲਾਂ ਦੇ ਸੁਝਾਅ ਤੇ ਵਿਚਾਰ ਜਾਣਨ ਦੇ ਅਸਤੇ ਉਹਨੇ ਕੀ ਸਾਧਾ ਦੇਨੇ ਦਾ ਫੈਸਲਾ ਲਇਤਾ ਹ ਕਮੇਟੀ ਨੇ ਇਸ ਮੁੱਦੇ ਪਰ ਆਪਣੇ ਸੁਝਾਅ ਦੇਨੇ ਲਈ ਵਿਧੀ ਆਯੋਗ ਕੀ ਸਦਨੇ ਦਾ ਵੀ ਫੈਸਲਾ ਲਇਤਾ ਹ ਕੇਂਦਰੀ ਜਨਜਾਤੀ ਮੰਤਰੀ ਅਰਜੁਨ ਮੁੰਡਾ ਉਹ ਰਾਜ ਸਨਿਆ ਗੁਜਰਾਤ ਦੇ ਅਹਮਦਾਬਾਦ ਚ ਰਾਸ਼ਟਰੀ ਜਨਜਾਤੀ ਉਤਸਵ ਆਦੀ ਮਹੋਤਸਵ ਦਾ ਉਦਘਾਟਨ ਕਰਨਗਣ ਇਸ ਕਾਰਜਕ੍ਰਮ ਦਾ ਆਯੋਜਨ ਭਾਰਤੀ ਜਨਜਾਤੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ ਟ੍ਰਾਈਫੈਡ ਨਕੀਤੇਦੈ ਵਸਤਰਾਪੁਰ ਚ ਅਹਮਦਾਬਾਦ ਆਟ ਚ ਅਜਤਮ ਲਈਏ 3 ਨਵੰਬਰ ਤੱਕ ਚੱਲਣ ਵਾਲੇ ਇਸ ਮਹੋਤਸਵ ਚ ਪੂਰੇ ਦੇਸ਼ਾਂ ਦੀ ਕਲਾ ਤੇ ਸ਼ਿਲਪ ਦਾ ਪ੍ਰਦਰਸ਼ਨ ਕੀਤਾ ਜਾਣਾ ਹੈ ਇਸ ਆਯੋਜਨ ਚ ਸੌ ਸ਼ਾਬਾਦ ਦੇ ਸਟਾਲ ਭਾਰਤੀ ਜਨਜਾਤੀ ਸੰਸਕ੍ਰਿਤੀ ਸ਼ਿਲਪ ਕੌਸ਼ਲ ਰੁੱਟੀ ਬਣਾਉਣ ਦੀ ਕਲਾ ਤੇ ਆਰਥਿਕ ਜਤਨੇ ਦੇ ਬਖ ਬਖ ਸਰੂਪ ਪ੍ਰਦਰਸ਼ਿਤ ਕੀਤੇ ਜਾਣਗੇ ਇਤੇ ਲਾਵਾ ਜੈਵਿਕ ਤੇ ਸ਼ਿਲਪ ਵਸਤੂਆਂ ਦੀ ਖਾਸੀਅਤ ਵਾਲੇ 74 ਸਟਾਲ ਵੀ ਥੇ ਸਥਾਪਿਤ ਕੀਤੇ ਜਾਂਗਨ ਜਮੂ ਕਸ਼ਮੀਰ ਦੇ ਰਾਸ਼ਟਰੀ ਸੇਤ ਮਿਸ਼ਨ ਨੇ ਸਤੰਬਰ 2023 ਲਈ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਬਾਰੇ ਸਰਵਜਨਿਕ ਸੇਤ ਸੁਵਿਧਾएं ਦੀ ਦਰਜੇਬੰਦੀ ਜਾਰੀ ਕਰ ਦਿੱਤੀ ਹੈ ਸਰਕਾਰੀ ਮੈਡੀਕਲ ਕਾਲਜ ਕਨੇ ਸਰਬੰਧਤ ਹਸਪਤਾਲ ਨੇ ਦੀ ਸ਼੍ਰੇਣੀ ਚ ਜੀ ਐਮ ਸੀ ਰਜੌਰੀ ਨੇ ਪਹਿਲੀ ਥਾਰ ਹਾਸਲ ਕੀਤੀ ਹੈ ਤੋਈ ਜ਼ਿਲ੍ਹਾ ਹਸਪਤਾਲਾਂ ਦੀ ਸ਼੍ਰੇਣੀ ਚ ਜੰਮੂ ਦਾ ਗਾਂਧੀ ਨਗਰਾਲਾ ਸਰਕਾਰੀ ਕਾਲਜ ਪਹਿਲੀ ਥਾਰਾ ਪ੍ਰਕਾਬਜੂ ਹੈ ਲੈਫਟ ਹੈਂਡ ਗਵਰਨਰ ਮਨੋਤ सिन्हाਉਰੀ ਜੇਕੇ ਇਹ ਸਹਿਜ ਅਲੀ ਇਸ ਪੈਲ ਕਦਮੀ ਕੀ 4 ਨਵੰਬਰ 2022 ਕੀ ਸ਼ੁਰੂ ਕਰਵਾਇਆ ਹੈ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ-ਕਸ਼ਮੀਰ ਸੁਣਾ ਰਹੇ ਹੋ ਬਾਕੀ ਦੀਆਂ ਖਬਰਾਂ ਕਰਨਾ ਪੂਨਮ ਡੋਗਰਾ ਕੇਂਦਰ ਸਰਕਾਰ ਨੇ ਸਾਫ ਸਫਾਈ ਸਰਵੰਧੀ ਖਾਸ ਅਭਿਆਨ ਦੇ ਤ੍ਰਿਏ ਚਰਨ ਦੇ ਤਹਿਤ ਊਨੇ ਤੱਕਰ ਕੂੜੇ ਕਚਰੇ ਗੀ ਖਪਾਣੇ ਵਾਲੀ ਪੈਲ ਕਦਮੀ ਰਾਏ 176 ਕਰੋੜ ਰੁਪਏ ਸ਼ਾਮਤੇ ਦੀ ਰਕਮ ਕੀਤੀ ਹੈ ਇਹ ਅਭਿਆਨ 2021 ਤੇ 22 ਚ ਆਯੋਜਿਤ ਖਾਸ ਅਭਿਆਨ ਦੇ ਮੁਤਾਬਕ ਆਸਲ ਕੀ ਸ਼ਿਕਾਇਤਾਂ ਦੇ ਨਿਬੇੜੇ ਲਈ ਸਾਫ ਸਫਾਈ ਸਰਬੰਧੀ ਵਿਵਸਥਾ ਚ ਸੁਧਾਰ ਆਨਣੇ ਆਸਤੇ ਇਸਮੇ ਨੇ ਦੀ ਦੋ ਥਮਾਕਤੀ ਤਰੀਕਤਾ ਕਰ ਆਯੋਜਿਤ ਕੀਤਾ ਗਿਆ ਇਹ ਅਭਿਆਨ ਸੇਵਾ ਪ੍ਰਦਾਨ ਕਰਨੇ ਜਾਂ ਜਨਤਾ ਦੇ ਕਰਨੇ ਸੰਪਰਕ ਲਈ ਜ਼ਿੰਮੇਵਾਰ ਇਲਾਕਾਈ ਤੇ ਬਾਰਲੇ ਦਫ਼ਤਰੇ ਪਰ ਧਿਆਨ ਕੇਂਦ੍ਰਿਤ ਕਰਾ ਕਰਦਾ ਨਵੀਂ ਦਿੱਲੀ ਚ ਮੀਡੀਆ ਕੀ ਜਾਣਕਾਰੀ ਨਿੰਦੀ ਹੋਈ ਅਮਲੇ ਸਰਬੰਧੀ ਮੈਕਮੇ ਦੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਨੇ ਦੱਸਿਆ ਜੇ ਪਿਛਲੇ ਤਿੰਨ ਬਰੇਚ 776 ਕਰੋੜ ਰੁਪਏ ਸ਼ਾਮ ਮਤਾ ਰਾਜਸਭਾ ਅਸਲ ਕੀਤਾ ਗਿਆ ਡਾਕਟਰ ਸਿੰਘ ਹੋਰ ਨੇ ਸਵੱਛਤਾ ਦੇ ਬਾਰੇ ਚ ਜਾਗਰੂਕਤਾ ਫਲਾਉਣੇ ਲਈ ਪ੍ਰੋਤਸਾਹਨ ਦਿੱਤੇ ਜਾਣੇ ਦੀ ਵੀ ਜਾਣਕਾਰੀ ਦਿੱਤੀ ਉਹਨੇ ਦੱਸਿਆ ਜੇ ਇਹਦੇ ਲਈ ਇੱਕ ਵੱਡੇ ਆਕਾਰ ਦੀ ਬਸ ਤਿਆਰ ਕੀਤੀ ਗਈ ਹੈ ਜਿਹਦਾ ਨਾਮ ਰੀਸਾਈਕਲਿੰਗ ਔਨ व्हील्स ਰੱਖਿਆ ਗਿਆ ਹੈ ਪੁਲਸ ਨੇ ਕਸ਼ਤਵਰ ਜ਼ਿਲ੍ਹੇ ਚ ਸ਼ੀਤ ਦਿਨ ਦੇ ਸਮਾਂ ਚ ਲੋਕਾਂ ਦੇ ਮਨ ਵਿੱਚ ਏਕਤਾ ਤੇ ਦੇਸ਼ ਭਗਤੀ ਦੀ ਭਾਵਨਾ ਬਦਾਨੇ ਲਈ ਏਕਤਾ ਦ੍ਰੋੜ ਦਾ ਸੱਿਸਤਾ ਕੀਤਾ ਸਾਡੇ ਆਕਾਸ਼ਵਾਨੀ ਜੰਮੂ ਦੇ ਸੰਵਾਦਾਤਾ ਰ ਜਾਣਕਾਰੀ ਦਿੱਤੀ ਹੈ ਜੇ ਇਸ ਸਮਰੋਹ ਦਾ ਆਯੋਜਨ ਸ਼ਹੀਦ ਸ਼ੀਤ ਦਿਨ ਦੇ ਬਲੀਦਾਨ ਪ੍ਰਤੀ ਆਭਾਰ ਪ੍ਰਗਟ ਕਰਨੇ ਲਈ ਹੀ ਨਹੀਂ ਕੀਤਾ ਗਿਆ ਦਾ ਸਗੋਂ ਸਮਾਜ ਚ ਏਕਤਾ ਤੇ ਦੇਸ਼ ਭਗਤੀ ਦੀ ਭਾਵਨਾ ਕੇ ਬਦਾਨੇ ਦੇ ਉਦੇਸ਼ ਕਨ ਵੀ ਕੀਤਾ ਗਿਆ ਹੈ ਸਮਰੋਹ ਦੀ ਅਗਵਾਈ ਕਸ਼ਤਵਾਰ ਦੇ ਐਸਐਸਪੀ ਖਲੀਲ ਪੋਸਵਾਲੋ ਨੇ ਕੀਤੀ ਤੇ ਇਸ ਦ੍ਰੋੜ ਚ ਜ਼ਿਲ੍ਹੇ ਦੇ ਬਾਕਬਾਕ ਇਲਾਕੇ ਦੇ ਲੋਕਾਂ ਨੇ ਬੜੀ ਚੜ੍ਹਦੀਏ ਇਸਲਾਤਾ ਐਸਐਸਪੀ ਹੋਰੇ ਸਭ ਨੇ ਪ੍ਰਤੀਭਾਗਿਆ ਦਾ ਆਬਾਰ ਪ੍ਰਗਟ ਕੀਤਾ ਦ੍ਰੋੜ ਦੀ ਸ਼ੁਰੂਆਤ ਕਸ਼ਤਵਾਰ ਦੇ ਕੁਲੀਦ ਚੋਕ ਸ਼ਾਂ ਹੋਈ ਇੱਕ ਪੁਲਸ ਪ੍ਰਵਕਤਾ ਨੇ ਜਾਣਕਾਰੀ ਦਿੱਤੀ ਜੇ ਇਸ ਇਕਤਾ ਦ੍ਰੋੜ ਨੇ ਲੋਕਾਂ ਕੀ ਕਿੱਠੇ ਹੋ ਇਹ ਸ਼ੀ ਦਿਨ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਮੰਚ ਪ੍ਰਦਾਨ ਕੀਤਾ ਕਸ਼ਤਵਾਰ ਪੁਲਸ ਨੇ ਐਸਐਸਪੀ ਖਲੀਲ ਪੋਸਵਾਲੋਂ ਦੀ ਅਗਵਾਈ ਜੇ ਸਨਮਾਨ ਤੇ ਆਬਾਰ ਦੀ ਭਾਵਨਾ ਬਾਧਾ ਕਰਨ ਲਈ ਸ਼ੀਦ ਦੇ ਪਰਿਵਾਰ ਵਾਲੇ ਨੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਤੇ ਉਨ੍ਹਾਂ ਦੀ ਪ੍ਰਸ਼ੰਸਾ ਚਿੰਨ ਵੀ ਪੈਂਡ ਕੀਤੇ ਕਿਸ਼ਤਵਾਰਡ ਪੁਲਸ ਅਧਿਕਾਰੀ ਸ਼ੀਦ ਦੇ ਕਾਰਗੇ ਤੇ ਉਹਦੇ ਪਰਿਵਾਰ ਵਾਲੇ ਕਰੇ ਮਲਾਟੀ ਵੀ ਕੀਤੀ ਸਾਡੇ ਜ਼ਿਲ੍ਹਾ ਸੰਵਾਦਤਾ ਕਲਾਸ਼ਨਾਥ ਹੋਰਿੰਦਰ ਸਿਆਜ ਦੇਸ਼ ਲਈ ਆਪਣੀ ਜਿੰਦੂ ਦਾ ਬਲੀਦਾਨ ਦੇਣ ਵਾਲੇ ਬਾਦਰਜਵਾਨੇ ਪ੍ਰਤੀ ਸਨਮਾਨ ਤੇ కృਤਿਗਤਾ ਦੀਪਾਵਨਗੀ ਦਰਸਾਂ ਦਿਓ ਇਹ ਗੈਂਪੁੱਟੀ ਗਈ ਐਸਐਸਪੀ ਕਿਸ਼ਤਵਾੜ ਖਲੀਲ ਪੋਸਵਾਲੋ ਨੇ ਗਲਾਇਆ ਜੇ ਕਿਸ਼ਤਵਾੜ ਪੁਲਿਸ ਵੀਰਾਂ ਦੇ ਬਲੀਦਾਨ ਦੀ ਹਮੇਸ਼ਾ ਚੇਤਾ ਰੱਖੋਗ ਤੇ ਉਹਨਾਂ ਪਰਿਵਾਰ ਵਾਲਿਆਂ ਦੀ ਲੋੜਦਾ ਹਰ ਸਹਿਯੋਗ ਦਿੱਤਾ ਜਾਗ ਪੁੰਚ ਦੇ ਡੀਡੀਸੀ ਪ੍ਰਧਾਨ ਹੋ ਰਹੇ ਪੁੰਚ ਜ਼ਿਲ੍ਹੇ ਦੇ 11 ਬਲਾਕਾਂ ਤੇ ਦੋ ਮਿਊਨਿਸਪਲ ਕਮੇਟੀਆਂ ਸ਼ਾਮ ਮੇਰੀ ਮਾਟੀ ਮੇਰਾ ਦੇਸ਼ ਮਾਟੀ ਕੋ ਨਮਨ ਵੀਰੋਂ ਦਾ ਬੰਦਨ ਮਾਟੀ ਕਲਸ਼ ਕਿਤੇ ਕਿਤੇ ਇਸ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਪੁஞ்ச் ਪ੍ਰਸ਼ਾਸਨ ਨੇ ਗ੍ਰਾਮੀਣ ਵਿਕਾਸ ਵਿਭਾਗ ਦੇ ਨਹਿਰੂ ਯੂਵਾ ਕੇਂਦਰ ਦੇ ذریعے ਕੀਤਾ ਹਾ ਪ੍ਰੋਗਰਾਮ 'ਚ ਡੀਡੀਸੀ ਪ੍ਰਦਾਨ ਤਜ਼ੀਮਖਤਰ ਹੋਰ ਮੁਖ ਪ੍ਰੋਨੀਆਂ ਹੀਆਂ ਇਸ ਦੌਰਾਨ ਸੰਸਕ੍ਰਿਤੀ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ ਸਾਡੇ ਜ਼ਿਲ੍ਹਾ ਸੰਵਾਦਤਾ ਅਨੁਭਵ ਮਿਸਰੀ ਹੋਣੇ ਦੱਸਿਆ ਜਿਸ ਮੁੱਖੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੀਦ ਦੇ ਦੇ ਪਰਿਵਾਰ ਆਲੇਂ ਕੀ ਵੀ ਸਨਮਾਨਿਤ ਕੀਤਾ ਇਸ ਮੁੱਖਿਆ ਪਰ ਬੋਲਦੇ ਹੋਈ ਡीडीसी ਪ੍ਰਦਾਨ ਹੋ ਰਹੇ ਦੱਸਿਆ ਜਾ 11 ਬਲਾਕਾਂ ਤੇ ਦੋ ਮਿਊਨਿਸਪਲ ਕਮੇਟੀਆਂ ਸ਼ਾ ਇਕੱਠੇ ਕੀਤੇ ਗਏ ਦੇ ਕਲਸ਼ ਕੱਲ ਜੰਮੂ ਤੇ ਉਥੋਂ ਨਮੀ ਦਿੱਲੀ ਅੰਮ੍ਰਿਤ ਬਾਟਿਕਾ ਭਜਾਈ ਦਿੱਤੇ ਜਾਣਗਾ। ਭਾਰਤ ਨੇ ਚੀਨ ਦੇ ਹਾਂਗਜਾਊ ਵਿੱਚ ਆਯੋਜਿਤ ਏਸ਼ੀਆਈ ਪੈਰਾਕੇਡਿੰਗ ਚ ਅਜੇ ਤੱਕ ਠੁੰਜਾ ਤੱਕ ਮੇ ਜਿੱਤੇ ਨੇ ਜਿੰਦੇ ਚ 15 ਸੂਨੇ ਦੇ 20 ਚਾਂਦੀ ਦੇ ਤੇ 23 ਕਾਂ ਦੇ ਤੱਕ ਮੇ ਸ਼ਾਮਲ। ਭਾਰਤੀ ਵਾਇਸਾਨਾ ਪ੍ਰਮੁਖ 에ਅਰ ਚੀਫ ਮਾਰਸ਼ਲ ਵੀ ਆ ਚੋਦਰੀ ਹੋ ਰਹੇ ਕੱਲ ਉੜੀ ਤੇ ਕਪਵੜਾ ਸੈਕਟਰ ਦੀ ਨਿਯੰਤਰਣ ਰੇਖਾ ਕੋਲ ਅਗੇਤਰੇ ਇਲਾਕਿਆਂ ਦਾ ਦੌਰਾ ਲਾਇਆ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਇਹ ਬਾਈਓਸਾਨਾ ਪ੍ਰਮੁੱਖ ਹੋ ਰਹੇ ਜਵਾਨੇ ਕਰਨ ਦੇ ਦਿਹਾੜੇ ਦਾ ਤਿਉਹਾਰ ਵੀ ਬੜੇ ਅਰਸ਼ੋਲਾਸ ਕਰਨੇ ਮਨਾਇਆ ਇਹਦੇ ਇਲਾਵਾ ਬੀਆ ਚੋਧਿਓ ਨੇ ਉੜੀ ਤੇ ਕਪਵੜਾ ਸੈਕਟਰ ਦੀ ਅਗੇਤਰੇ ਇਲਾਕਿਆਂ ਦਾ ਦੌਰਾ ਲਾਇਆ ਤੇ ਉੱਥੇ ਤਨਤ ਜਵਾਨੇ ਕਰਨ ਨਾਲ ਗੱਲਬਾਤ ਵੀ ਕੀਤੀ ਪਿਛਲੇ ਬਰੇ ਦੀਵਾਲੀ ਚ ਵੀ ਉਹਨੇ ਅਗੇਤਰੇ ਇਲਾਕਿਆਂ ਦਾ ਦੌਰਾ ਲਾਇਆ ਹਾ ਤੇ ਖੀਰ ਚ ਮੁੱਖ ਮੁਖਬਰਾਂ ਇੱਕ ਪਰਿਪਰਤੀ ਹੈ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਨੇ ਗਲਾਇਆ ਜੇ ਸਨਮਾਨ ਚ ਰਮਾਨਦਾਰੀ ਤੇ ਸਦਭਾਵ ਦੀ ਬੜਾਵਾ ਦੇਣ ਲਈ ਸੈਨ ਸ਼ਕਤੀ ਇੱਕ ਦੂਏ ਦੇ ਪ੍ਰਤੀ ਸਨਮਾਨ ਤੇ ਸਦਭਾਵ ਦੀ ਸਮਝਣੇ ਤੇ ਮਤਵ ਦੇਣ ਦੀ ਲੋੜ ਹੈ। ਉਪ ਰਾਸ਼ਟਰਪਤੀ ਜਗਦੀਪ ਦਨਖੜੋ ਨੇ ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਗਲਾਇਆ ਜੇ ਗਿਆਨ ਤੇ ਸਿੱਖਿਆ ਅਤਲਾਜ਼ਮੀ ਸਮਾਜੀ ਬਦਲਾਅ ਆਨਣੇ ਵਾਸਤੇ ਅਸਰਦਾਰ ਵਿਵਸਥਾ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਇੰਗਲਾਇਆ ਜੇ ਕੇਂਦਰ ਸਰਕਾਰਾਂ ਸਾਫ ਸਫਾਈ ਸਰਬੰਧੀ ਖਾਸ ਅਭਿਆਨ ਦੇ ਤਰੀਏ ਚਰਨ ਦੇ ਤਹਿਤ ਉਹਨੇ ਤੱਕ ਕੂੜੇ ਕਚਰੇ ਦੀ ਖਪਾਣੇ ਵਾਲੀ ਪਹਿਲ ਕਦਮੀ ਰਾਏ 176 ਕਰੋੜ ਰੁਪਏ ਸ਼ਾਮਤੇ ਦੀ ਰਕਮ ਕਿੱਠੀ ਕੀਤੀ ਹੈ ਤੇ ਕਿਸ਼ਤਵਾੜ ਜ਼ਿਲ੍ਹਾ ਪੁਲਿਸ ਨੇ ਅੱਜ ਸ਼ਹੀਦਾਂ ਪ੍ਰਤੀ ਸਨਮਾਨ ਤੇ ਲੋਕਾਂ ਚ ਦੇਸ਼ ਭਗਤੀ ਦੀ ਭਾਵਨਾ ਵਧਾਣੇ ਲਈ ਏਕਤਾ ਦਰੋੜ ਦਾ ਆਯੋਜਨ ਕੀਤਾ ਇਹਦੇ ਕੰਨੇ ਕਿ ਇਸ ਵੇਲੇ ਦਾ ਇਹ ਬੁਲੇਟਿਨ ਸਮਾਪਤ ਹੋਆ